ਉੱਠੇ ਆ ਕਿ ਨਹੀਂ ਵਿਹਲੇ? ਆਹੋ ਜੀ ਵਿਹਲੇ ਨਵਾਬ ਲੋਕ ਆ ਜਨਾਬ। ਇਹ ਨਵਾਬ ਮੇਰੇ ਸਿਰ ਤੇ ਆ। ਹਾਂਜੀ ਹਾਂਜੀ। ਇਹ ਜਿਹੜੇ ਇੱਕ ਇੱਕ ਵਜੇ ਤੱਕ ਸੁੱਤੇ ਰਹਿੰਦੇ ਆ, ਬਿਲਕੁਲ ਸਹੀ ਗੱਲ ਹੈ। ਇਹਨਾਂ ਨੇ ਹੁਣੇ ਉੱਠਦੇ ਤੁਹਾਨੂੰ ਕਹਿਣ ਲੱਗ ਪੈਣਾ ਇਹ ਮੇਰੇ ਵਾਸਤੇ ਕੋਫਤੇ ਚਣੇ ਮੰਗਾ ਲਓ। ਹਾਂਜੀ। ਇਹ ਮੇਰੇ ਵਾਸਤੇ ਹਲੀਮ ਨਾਨ ਮੰਗਾ ਲਓ ਇਸੇ ਤਰ੍ਹਾਂ ਪਿਓ ਦੇ ਸਿਰ ਤੇ। ਹਾਂਜੀ ਹਾਂਜੀ। ਇਹ ਗੱਲ ਤੁਹਾਡੀ ਬਿਲਕੁਲ, ਅਯਾਸ਼ੀਆਂ ਹੋਣ ਡਈਆਂ ਪਿਓ ਦੇ ਸਿਰ ਤੇ। ਹਾਂਜੀ। ਸਿਆਣੇ ਬਿਆਣੇ ਤੁਸੀਂ ਬੰਦੇ ਆ ਜੀ, 40 ਸਾਲ ਹੋ ਗਏ ਤੁਹਾਨੂੰ ਸਾਡੇ ਘਰ ਕੰਮ ਕਰਦੇ ਆ। ਹਾਂਜੀ ਹਾਂਜੀ। ਤੁਹਾਡਾ ਹੱਕ ਨਹੀਂ ਬਣਦਾ ਕਿ ਸਵੇਰੇ 6 ਵਜੇ ਇਹਨਾਂ ਦੇ ਕਮਰੇ 'ਚ ਬਿੱਲੀ ਛੱਡ ਦਿਆ ਕਰੋ? ਉਹ ਜਨਾਬ ਉਹਨਾਂ ਦੇ ਕਮਰੇ 'ਚ ਕਿਹੜਾ ਚੂਹੇ ਆ ਜਿਹੜਾ ਮੈਂ ਬਿੱਲੀ ਛੱਡ ਦੇਵਾਂ ਉੱਥੇ। ਇਹਨਾਂ ਦੇ ਸਿਰ ਦੇ ਉੱਤੇ ਤੁਸੀਂ ਆਪਣੇ ਵੱਲੋਂ ਤਾਂ ਜ਼ਿੰਮੇਵਾਰੀ ਪਾਈ ਆ ਵੀ ਵਿਆਹ ਕਰ ਦਿੱਤੇ ਆਪਣੀ ਜ਼ਿੰਦਗੀ ਗੁਜ਼ਾਰਨ, ਉਹਨਾਂ ਨੇ ਤਾਂ ਅੱਗੇ ਨਾਲੋਂ ਵੀ ਨਖੱਟੂ ਹੋ ਗਏ ਆ। ਚੰਗੇ ਭਲੇ ਤੁਸੀਂ ਬੰਦੇ ਸਿਆਣੇ ਬਿਆਣੇ ਜੀ ਜੀ, ਤੁਹਾਡੇ ਵਰਗਾ ਬੰਦਾ ਕੋਲ ਉਹਨਾਂ ਦੇ ਜਾ ਕੇ ਖੋਤੇ ਦੀ ਆਵਾਜ਼ ਕੱਢੇ ਤਾਂ ਅਗਲਾ ਉੱਠ ਪੈਂਦਾ, ਯਾਰ ਸਾਡੇ ਘਰ 'ਚ ਖੋਤਾ ਕਿੱਥੋਂ ਆ ਗਿਆ? ਬੜੀ ਗੱਲ, ਬਾਹਰ ਰਹਿਮਾਨੀ ਹਾਊਸ ਲਿਖਾ ਲਓ ਫਿਰ। ਉਹ ਖੋਤਾ ਇੱਥੇ ਕਿੱਥੋਂ ਆਉਣਾ, ਨਾਲੇ ਮੈਂ ਕੋਈ ਅਲਾਰਮ ਲਾਇਆ ਵਾ ਇੱਥੇ? ਆਪੇ ਹੀ ਤੂੰ ਦੱਸਿਆ ਸੀਗਾ ਕਿ ਤੇਰਾ ਅੱਬਾ ਤੇ ਤੇਰਾ ਦਾਦਾ ਜਿਹੜੇ ਆ ਉਹ ਖੋਤੇ ਤੇ ਇੱਟਾਂ ਢੋਂਦੇ ਹੁੰਦੇ ਸੀ। ਉਹ ਯਾਰ ਉਹ ਵਕਤ ਵਕਤ ਦੀ ਗੱਲ ਆ, ਹੁਣ ਪੁਰਾਣੀ ਗੱਲ ਆ। ਤੇਰੇ 'ਚ ਇੰਨਾ ਤੇ ਅਸਰ ਹੋਣਾ ਚਾਹੀਦਾ ਕਮ ਅਜ਼ ਕਮ, ਯਾਰ ਤੂੰ ਖੋਤੇ ਦੀ ਆਵਾਜ਼ ਤਾਂ ਕੱਢ ਲਵੇਂ। ਰਾਣਾ ਸਾਹਿਬ ਮੇਰੀ ਗੱਲ ਸੁਣ ਲਓ, ਔਲਾਦ ਤੁਹਾਡੀ ਨਖੱਟੂ ਆ ਤੇ ਤੁਸੀਂ ਐਵੇਂ ਬਿਲਾ ਵਜ੍ਹਾ ਮੈਨੂੰ ਕਹਿ ਰਹੇ ਹੋ? ਅਠਾਲਾ ਉਹਨਾਂ ਨੂੰ, ਉੱਠ ਜਾਓ ਭਾਈ। ਅੱਛਾ ਤੇ ਗੱਲ ਸੁਣ, ਅੱਜ ਤਰੀਕ ਕੀ ਹੈ? ਉਹ ਜਨਾਬ ਅੱਜ 14 ਤਰੀਕ ਏ। ਓ 14? ਹਾਂਜੀ। ਤੇ ਜੇ ਮੈਂ ਪਾਗਲ ਹਾਂ, ਹਾਂਜੀ ਹਾਂਜੀ, ਜੇ ਮੈਨੂੰ ਭੁੱਲਣ ਦੀ ਆਦਤ ਆ ਜੀ ਜੀ, ਤੈਨੂੰ ਨਹੀਂ ਇਸ ਗੱਲ ਦਾ ਪਤਾ ਚਾਂਦ ਰਾਤ ਆ ਪਰਚੀਬਾਜ਼ੀ? ਓਏ ਹਾਂ ਬਿਲਕੁਲ ਸਹੀ ਗੱਲ, ਅੱਜ 14 ਤਰੀਕ ਏ ਤੇ ਕੋਈ ਨਹੀਂ, ਅੱਜ ਟਾਈਮ ਹੈਗਾ। ਇਦਾਂ ਕਰ, ਹਾਂ 1000 ਦੀ ਪਰਚੀ ਦਵਾ ਇੱਕ ਤੇ ਨੰਬਰ ਕੀ ਲਿਖਵਾਉਣਾ? ਨੰਬਰ ਲਿਖਾ ਤੂੰ 33-65। 33-65 ਇਹ ਅੱਜ ਕੀ ਲੱਗੇਗਾ? ਅੱਛਾ ਜੀ, ਹਾਂ। ਔਰ ਰਾਣਾ ਸਾਹਿਬ ਜੇ ਨੰਬਰ ਲੱਗ ਗਿਆ ਨਾ ਤੇ ਤੁਸੀਂ ਮੈਨੂੰ ਸੂਟ ਲੈ ਕੇ ਦੇਣਾ, ਨਾਲ ਜੁੱਤੀ ਵੀ ਲੈ ਕੇ ਦਊਂਗਾ। ਚਲੋ ਠੀਕ ਹੈ, ਹਾਂ, ਲੇਕਿਨ ਤੂੰ ਵੀ ਮੈਨੂੰ ਇਸ ਗੱਲ ਦੀ ਗਾਰੰਟੀ ਦੇ ਤੂੰ ਵੀ ਖੋਤੇ ਦੀ ਆਵਾਜ਼ ਕੱਢਿਆ ਕਰੇਗਾ। ਖੋਤੇ ਦੀ ਆਵਾਜ਼? ਚਲੋ ਜੀ ਮੈਂ ਕੱਢ ਲਿਆ ਕਰਾਂਗਾ ਜੀ, ਅੱਲਾ ਕਰੇ ਆ ਨੰਬਰ ਲੱਗ ਜਾਏ। ਹਾਂ, ਸਾਡਾ ਸੂਟ ਨਵਾਂ ਆ ਜਾਣਾ, ਬਾ ਕੇ ਆਪਾਂ ਖੋਤਾ ਹੀ ਨਵਾਂ ਲੈ ਲੈਂਦੇ। ਆ ਬਸ ਠੀਕ ਹੈ, ਇਹ ਗੱਲ ਦੀ। ਲਓ ਜੀ ਮੈਂ ਨੰਬਰ ਲੋ ਆ ਕੇ ਤੇ ਆਇਆ। ਹਾਂਜੀ, ਤੇ ਬਾਕੀ ਉਹਨਾਂ ਨੂੰ ਮੈਂ ਆਵਾਜ਼ ਦੇ ਦਿੰਦਾ ਜੀ। ਓਏ ਉੱਠ ਖਲੋਵੋ ਭਾਈ, ਉੱਠ ਖਲੋਵੋ। ਛੱਡ ਦੇ ਮੋਬਾਈਲ ਦੀ ਜਾਨ, ਜਾ ਕੇ ਨਾਸ਼ਤਾ ਲੈ ਆ। ਨਾਸ਼ਤਾ ਮੈਂ ਕਿੱਥੋਂ ਲੈ ਆਵਾਂ, ਮੇਰੀ ਜੇਬ 'ਚ ਕਿਹੜਾ ਕੋਈ ਪੈਸੇ ਨੇ? ਤੇ ਫਿਰ ਪੈਸੇ ਕਿਉਂ ਨਹੀਂ, ਕਿੰਨਾ ਕੁ ਚਿਰ ਪਿਓ ਦੇ ਪੈਸਿਆਂ ਤੇ ਐਸ਼ ਕਰੇਗਾ? ਜਿੰਜ ਕਰ ਅੱਬਾ ਜੀ ਨੇ। ਸਹੀ, ਜਿਵੇਂ ਦਾ ਪਿਓ ਵੇਲਾ ਉਵੇਂ ਦੀ ਔਲਾਦ ਵੇਲੀ। ਅੱਬੇ ਨੂੰ ਕੁਛ ਨਹੀਂ ਕਹਿਣਾ, ਉਹ ਇਸ ਟਾਈਮ ਸਾਰੇ ਘਰ ਦੇ ਸਰਵਰਾ ਉਹੀ ਨੇ, ਉਹੀ ਖਵਾ ਪਿਆ ਰਹੇ ਨੇ। ਤੇ ਫਿਰ ਆਪ ਕੰਮ ਕਰੋ ਨਾ, ਅੱਬਾ ਕਿਉਂ ਖਵਾ ਰਿਹਾ? ਆ ਕਰਦੇ ਰਹੇ ਕੰਮ, ਇਸ ਤੋਂ ਅੱਛਾ ਕੰਮ ਕਿਹੜਾ? ਰਾਤੀ ਅੱਬਾ ਜੀ ਕੋ 500 ਲੈ ਕੇ ਪੈਕੇਜ ਲਵਾਇਆ। ਪਤਾ ਨਹੀਂ ਕਿਹੜਾ ਕੰਮ ਹੈ ਜਿਹੜਾ ਇਸ ਤੋਂ ਅੱਛਾ ਕੰਮ ਕੋਈ ਨਹੀਂ। ਅੱਛਾ ਹੁਣ ਬੋਲਣਾ ਬੰਦ ਕਰ, ਮੈਂ ਅੱਗੇ ਹੀ ਇੱਕ ਚਾਂਸ ਰਹਿ ਗਿਆ ਮੇਰਾ। ਕਿਹੜਾ ਚਾਂਸ ਰਹਿ ਗਿਆ? ਗੇਮ ਖੇਡ ਰਹੇ ਹਾਂ, ਪੈਸਾ ਪੈਸਾ ਪੈਸਾ। ਉਹ ਪੈਸਾ ਤੈਨੂੰ ਪਤਾ ਔਰਤ ਦੇ ਨਸੀਬਾਂ ਦਾ ਪੈਸਾ ਹੁੰਦਾ, ਮਰਦ ਦੇ ਨਸੀਬਾਂ ਦੀ ਔਲਾਦ ਹੁੰਦੀ ਹੈ। ਇਸ ਮੁਲਕ ਦੇ ਨਾ ਸਾਰੇ ਵੇਲਿਆਂ ਨੇ ਆਹ ਗੱਲ ਬੜੀ ਫੜੀ ਹੋਈ ਹੈ ਕਿ ਮਰਦ ਦੇ ਨਸੀਬਾਂ ਦੀ ਔਲਾਦ ਤੇ ਔਰਤ ਦੇ ਨਸੀਬਾਂ ਦੇ ਪੈਸੇ, ਕੰਮ ਆਪ ਨਹੀਂ ਕਰਦੇ ਤੇ ਸਾਰੀ ਗੱਲ ਔਰਤ ਤੇ ਪਾ ਦਿੰਦੇ ਨੇ। ਰੋਟੀ ਤੈਨੂੰ ਪਕਾਉਣੀ ਨਹੀਂ ਆਉਂਦੀ, ਗੱਲਾਂ ਕਿੰਨੀਆਂ ਕਰਦੀ ਆ। ਮੈਂ ਕਿਹਾ ਲਾਲਟੈਨ, ਓ ਲਾਲਟੈਨ। ਹਾਂਜੀ, ਕੀ ਹੋਇਆ ਜਨਾਬ? ਮੈਂ ਤਾਂ ਸਮਝਿਆ ਪਤਾ ਨਹੀਂ ਰੋਜ਼ ਦੀ ਤਰ੍ਹਾਂ ਅੱਜ ਫਿਰ ਤੁਹਾਨੂੰ ਫੈਂਟੀ ਪੈ ਰਹੀ ਹੈ। ਮੈਂ ਤਾਂ ਇਹ ਸੋਚ ਰਿਹਾ ਸਾਂ ਵੀ ਤੁਸੀਂ ਥੱਲੇ ਤੇ ਬਾਜੀ ਉੱਤੇ। ਹੁਕਮ ਜਨਾਬ। ਮੈਨੂੰ ਤੇਰੀ ਉਮਰ ਦਾ ਖਿਆਲ ਨਾ ਹੁੰਦਾ ਤੇ ਮੈਂ ਅੱਜ ਇਸੇ ਬੁੱਢੀ ਦੇ ਥੱਲੇ ਤੈਨੂੰ ਦੇ ਦੇਣਾ ਸੀ। ਉਹ ਕਹਿੰਦਾ ਹੀ ਰਹਿੰਦਾ ਕਿਸੇ ਦਿਨ ਇਸ ਤਰ੍ਹਾਂ ਕਰੇ ਤੇ ਮਜ਼ਾ ਆ ਜਾਏ। ਉਹ ਜਾ ਕੇ ਨਾਸ਼ਤਾ ਲਿਆ,
ਦਿਓ ਪੈਸੇ ਪੈਸੇ ਅੱਬਾ ਜੀ ਕੋ ਓਏ ਉਹ ਪੈਸੇ ਤੇਰੇ ਅੱਬੇ ਨੇ ਕਿਸੇ ਹੋਰ ਕੰਮ ਲਈ ਦਿੱਤੇ ਆ ਪਤਾ ਹੈ ਸਾਨੂੰ ਜਿਹੜੇ ਕੰਮ ਵਾਸਤੇ ਅੱਬਾ ਤੈਨੂੰ ਪੈਸੇ ਦਿੰਦਾ ਬੇਗਮ ਕਿੱਦਾਂ ਮਜ਼ਾ ਆ ਰਿਹਾ ਲੱਤਾਂ ਕਢਵਾਉਣ ਦਾ ਇਕੱਲਾ ਲੱਤਾਂ ਘੁੱਟਣ ਦਾ ਨੀ ਕੁਛ ਵੀ ਹੁੰਦਾ ਢਿੱਡ ਚ ਵੀ ਕੁਛ ਪਾਉਣਾ ਪੈਂਦਾ ਵਾ ਤੇ ਕੀ ਹੁਣ ਢਿੱਡ ਵਾਸਤੇ ਹੋਣਾ ਚਾਹੀਦਾ ਏਦਾਂ ਕਰ ਮੈਨੂੰ ਨਾ ਨਾਸ਼ਤਾ ਲਿਆ ਜਾ ਕੇ ਤੇ ਚਨਿਆਂ ਦੇ ਵਿੱਚ ਨਾ ਦੋ ਅੰਡੇ ਪਵਾ ਲਈ ਤੇ ਨਾਲੇ ਨਾਨ ਚਾਰ ਲਿਆਵੀ ਮੇਰੇ ਲਈ ਤੇ ਏਦਾਂ ਕਰੀ ਵਿੱਚ ਇੱਕ ਅੱਧਾ ਕੋਫਤਾ ਵੀ ਪਵਾ ਲਈ ਚਾਰ ਨਾਨ ਦੋ ਅੰਡੇ ਇੱਕ ਕੋਫਤਾ ਇਹ ਪ੍ਰਾਹੁਣੇ ਆਉਣ ਡਿਆ ਨੇ ਬੰਦਾ ਪੁੱਛੇ ਆਹੋ ਟੋਕੀ ਜਾਓ ਮੇਰਾ ਖਾਣਾ ਖਾਣਾ ਟੋਕੀ ਜਾਂਦੇ ਰਹਿੰਦੇ ਹਰ ਵੇਲੇ ਭੁੱਖੇ ਨੰਗੇ ਖਾਣ ਦਾ ਚ ਮੈਂ ਵਿਆਹ ਕੇ ਆ ਗਈ ਬੇੜਾ ਗਰਗ ਗਿਆ ਮੇਰਾ ਪਤਾ ਨੀ ਮੇਰੇ ਅੱਬੇ ਨੇ ਮੇਰੇ ਕੋ ਕਾਹਦਾ ਬਦਲਾ ਲਿਆ ਪੈ ਗਏ ਵੱਲੇ ਨਕੰਮੇ ਮੇਰੇ ਪੱਲੇ ਚੁੱਪ ਕਰ ਲੈਣਾ ਤੇਰੇ ਲਈ ਨਾਸ਼ਤਾ ਮੈਂ ਆਪਣੇ ਕੋਲ ਪੈਸੇ ਲੈ ਕੇ ਆਹੋ ਲੈ ਆਪਣੇ ਕੋ ਨਾਸ਼ਤਾ ਨਕੰਮਿਆ ਆਪਣਾ ਕੁਛ ਵੀ ਕਰੀ ਆਪ ਹੀ ਕੁਛ ਕਰਨ ਡਿਆ ਆ ਅੱਬੇ ਦੇ ਪੈਸੇ ਸਾਡੇ ਪੈਸੇ ਕੋਈ ਫਰਕ ਆ ਪਿਓ ਜਵਾਰੀਆ ਪੁੱਤ ਵੇਲੇ ਨਕੰਮੇ ਇੱਕ ਔਰ ਰਨ ਮਰੀਦ ਜਿਹੜਾ ਬੁੱਢੀ ਨੂੰ ਲੈ ਕੇ ਲੰਮੇ ਪਿਆ ਹੋਣਾ ਤੇ ਇੱਕ ਮੈਂ ਵਿਚਾਰੀ ਹਲੇ ਸਵੇਰ ਦੀਆਂ ਲੱਤਾਂ ਹੀ ਕਟਾਈਆਂ ਪਤਾ ਨੀ ਕਿੱਥੇ ਮੇਰੇ ਅੱਬੇ ਨੇ ਮੈਨੂੰ ਫਸਾ ਦਿੱਤਾ ਵਿਚਾਰੀ ਮਸਕੀਨਣੀ ਨੂੰ ਅੱਜ ਤੇ ਬਹੁਤ ਮਜ਼ਾ ਆਇਆ ਨਾਸ਼ਤੇ ਦਾ ਕੋਫਤੇ ਬਹੁਤ ਅੱਛੇ ਬਣੇ ਹੋਏ ਸੀ ਨਾਸ਼ਤੇ 'ਚ ਇਹ ਸੂਟ ਨਵਾਂ ਲਿਆ ਤੂੰ ਹਾਂ ਨਵਾਂ ਲਿਆ ਮੇਰੇ ਭਰਾ ਨੇ ਭੇਜਿਆ ਵਾ ਨਾ ਕੱਪੜੇ ਦੀ ਦੁਕਾਨ ਆ ਉਹਨਾਂ ਦੀ ਅੱਛਾ 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 ਆਇਆ ਸੀ ਕੱਲ੍ਹ ਮੇਰੇ ਭਰਾ ਦਾ ਫੋਨ ਦੁਬਈਓਂ ਕਹਿੰਦਾ ਆਪਣੀ ਭੈਣ ਵਾਸਤੇ ਨਾ ਕੱਪੜੇ ਭੇਜਣੇ ਆ ਮੈਂ ਦੁਬਈਓਂ ਈਦ ਤੇ ਤੈਨੂੰ 500 ਰੁਪਈਆ ਭੇਜੀ ਸੀ ਸੂਟ ਭੇਜਣੇ ਆ ਤੈਨੂੰ ਦੁਬਈਓਂ ਏਡਾ ਸ਼ਾਹੂਕਾਰ ਜੇ ਮੇਰੇ ਭਰਾ ਨੇ 500 ਈਦ ਭੇਜੀ ਸੀ ਨਾ ਤੇ ਤੇਰੇ ਭਰਾ ਨੇ ਵੀ 300 ਵਾਲਾ ਲੋਨ ਦਾ ਸੂਟ ਭੇਜਿਆ ਏਡੀ ਘਸੀ ਹੋਈ ਲੋਨ ਤਾਂ ਸਾਡੇ ਘਰ 'ਚ ਪੁਰਾਣੀਆਂ ਵੀ ਨਹੀਂ ਪਾਉਂਦੀਆਂ ਲਓ ਜੀ ਰਾਣਾ ਸਾਹਿਬ ਮੈਂ ਫਸਟ ਨੰਬਰ ਲਵਾ ਆਇਆ 1000 ਰੁਪਏ ਦਾ ਜੀ ਅੱਛਾ ਜੀ ਹਾਂਜੀ ਆਹ ਕਿਉਂ ਇਹ ਦੁਆ ਕਰ ਇਹ ਕਰੋੜ ਦਾ ਜੇ ਲੱਗ ਗਿਆ ਨਾ ਹਾਂ ਤੇ ਵਿੱਚੋਂ ਆਪਾਂ 50 ਰੁਪਏ ਦਾ ਬਦਾਨਾ ਵੰਡਾਂਗੇ ਹੈ 50 ਰੁਪਏ ਦਾ ਹਾਂਜੀ ਇਹ ਤੁਹਾਡੇ ਵਰਗੇ ਜਿਹੜੇ ਆ ਸੂਮ ਕੰਜੂਸ ਜਿਹੇ ਲੋਕ ਹੁੰਦੇ ਆ ਨਾ ਇਹ ਮੰਤਾਂ ਵੀ ਇੱਦਾਂ ਦੀਆਂ ਹੀ ਮੰਨਦੇ ਨੇ ਉਹ ਸਾਡਾ ਵੀ ਇੱਕ ਬੰਦਾ ਸੀਗਾ ਉਹ ਕਸ਼ਤੀ 'ਚ ਬੈਠਾ ਤੇ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਅੱਛਾ ਤੂਫਾਨ ਆਇਆ ਤਾਂ ਕਹਿੰਦਾ ਯਾ ਅੱਲਾ ਮੈਨੂੰ ਬਚਾ ਲਾ ਮੈਨੂੰ ਕਿਤੇ ਕਿਨਾਰੇ ਲਾ ਦੇ ਮੈਂ ਨਾ ਤੇਰੇ ਨਾਂ ਦੇ ਉੱਤੇ 10 ਦੇਗਾਂ ਦਿਆਂਗਾ ਇੱਕ ਛਲ ਆਈ ਉਹਨੂੰ ਕਿਨਾਰੇ ਤੇ ਲੈ ਗਈ ਜਦੋਂ ਕਿਨਾਰੇ ਤੇ ਪਹੁੰਚਿਆ ਤੇ ਕਹਿੰਦਾ ਕਿਹੜੀਆਂ ਦੇਗਾਂ ਇੱਕ ਛਲ ਹੋਰ ਆਈ ਤੇ ਉਹਨੂੰ ਸਮੁੰਦਰ 'ਚ ਲੈ ਗਈ ਵਾਪਸ ਲੈ ਕੇ ਗਈ ਤੇ ਉੱਥੇ ਜਾ ਕੇ ਕਹਿੰਦਾ ਯਾ ਅੱਲਾ ਉਹ ਮੈਂ ਤੇ ਇਹ ਪੁੱਛਣ ਡਿਆ ਸੀਗਾ ਵੀ ਉਹ ਦੇਗਾਂ ਨੂਣੀਆਂ ਕਿ ਮਿੱਠੀਆਂ ਇਸੇ ਵਾਸਤੇ ਨਾ ਮੇਰੇ ਅੱਬੇ ਨੇ ਤੈਨੂੰ ਰੱਖਿਆ ਸੀਗਾ ਕਿ ਤੂੰ ਨਾ ਦਿਲ ਲਾ ਕੇ ਰੱਖਦਾ ਹੈ ਹਾਂਜੀ ਹਾਂਜੀ ਮੈਂ ਦਿਲ ਹੀ ਲਾਉਣਾ ਵਾ ਲੇਕਿਨ ਦਾ ਨਹੀਂ ਲਾਉਂਦਾ ਮੈਂ ਨਹੀਂ ਨਹੀਂ ਦਾ ਤੂੰ ਲਾਉਣ ਵਾਲਾ ਹੁੰਦਾ ਨਾ ਹਾਂਜੀ ਹੁਣ ਤਾਂ ਕਦੋਂ ਦਾ ਤੈਨੂੰ ਕੱਢ ਦੇਣਾ ਸੀ ਇੱਥੋਂ ਸਹੀ ਗੱਲ ਹੈ ਸਮਝ ਆਈ ਨਾ ਹਾਂਜੀ ਹਾਂਜੀ ਬਸ ਦੁਆ ਕਰ ਲੱਗ ਜਾਵੇ ਇਨਸ਼ਾਅੱਲਾ ਤੇ ਗੱਲ ਬਣ ਜਾਣੀ ਹੈ ਬੱਲੇ 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 ਹਾਏ ਲੱਗ ਜਾਵੇ ਐਤਕੀ ਨੰਬਰ ਆਪਣੀ ਜਵਾਨੀ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਜਾਣਾ ਹੀ ਸਿੱਧਾ ਥਾਈਲੈਂਡ ਹੈ ਹਾਏ ਫੁੱਲ ਮਜ਼ੇ ਆਉਣਗੇ ਇੱਕ ਰੁਪਿਆ ਨਹੀਂ ਦੇਣਾ ਇਹਨਾਂ ਨੂੰ ਮੈਂ ਇਹ ਜਿਹੜੇ ਫਿਰਦੇ ਆ ਨਾ ਉੱਤੇ ਆਪਣੇ ਆਪਣੇ ਰੰਗ ਰਲੀਆਂ ਮਨਾਉਂਦੇ ਦੱਸਦਾ ਇਹਨਾਂ ਨੂੰ ਮੈਂ ਪਤਾ ਇੱਕ ਵਾਰੀ ਤੂੰ ਲੱਗ ਜਾ ਸਹੀ ਇੱਕ ਮਿੰਟ ਠਹਿਰ ਜਾਓ ਇੱਕ ਮਿੰਟ ਥੱਲੇ ਨਹੀਂ ਆਉਣਾ ਹਾਲੇ ਤੁਸੀਂ ਥੱਲੇ ਨਹੀਂ ਆਉਣਾ ਇੱਕ ਬੰਦਾ ਹੁੰਦਾ ਆ ਉਹ ਆ ਕੇ ਕਹੇਗਾ
ਬਾਅਦਬ ਬਾ ਮੁਲਾਹਜ਼ਾ ਹੋਸ਼ਿਆਰ ਭੁੱਖੀ ਸਲਤਨਤ ਦੇ ਵਿਹਲੇ ਮਹਾਰਾਜਾ ਤਸ਼ਰੀਫ ਲਿਆ ਰਹੇ ਆ। ਠਹਿਰੋ ਇੱਥੇ ਹਲੇ ਤੁਸੀਂ, ਆ ਜਾਓ ਮੇਰੇ ਸ਼ਹਿਜ਼ਾਦਿਓ। ਸ਼ਾਹੀ ਮਾਮਲਾਤ ਬਿਲਕੁਲ ਠੀਕ ਚੱਲ ਰਹੇ ਨੇ, ਸਲਤਨਤ ਬਿਲਕੁਲ ਜ਼ਬਰਦਸਤ ਦੌੜੀ ਭੱਜੀ ਫਿਰਦੀ ਹੈ। ਤਸ਼ਰੀਫ ਰੱਖੋ ਸ਼ਾਹੀ ਤਖ਼ਤ 'ਤੇ, ਰੱਖੋ ਤਸ਼ਰੀਫ। ਸ਼ਹਿਜ਼ਾਦਾ ਹਜ਼ੂਰ, ਆਪਨੇ ਤੋ ਕੁਸਤਨਤੁਨੀਆ ਫਤਿਹ ਕਰਨੇ ਨਹੀਂ ਜਾਣਾ ਥਾ, ਵਹਾਂ ਜਾ ਕਰ ਨਾ ਸਿਪਾ ਸਲਾਰ ਨੇ ਕਹਿਣਾ ਥਾ ਯਲਗਾਰ ਹੋ, ਫੌਜੀਆਂ ਨੇ ਗੋਲੀਆਂ ਚਲਾਉਣ ਲੱਗ ਪੈਣਾ ਸੀ, ਤੂਰ ਆਪਣੀ ਬੁੱਢੀ ਦੀਆਂ ਉੱਥੇ ਪਾਲਕੀ 'ਚ ਲੱਤਾਂ ਘੁੱਟਣ ਲੱਗ ਪੈਣੀਆਂ। ਦਰ ਫਟੈਮੋ, ਦਰ ਫਟੈਮੋ। ਔਰ ਆਪਨੇ ਤੋ ਮੇਰਾ ਖਿਆਲ ਹੈ ਸਮਰਕੰਦ ਬੁਖਾਰਾ ਜਾਣਾ ਥਾ ਨਾ ਆਪਣੀ ਸਾਰੀ ਫੌਜ ਲੈ ਕਰ, ਲੇਕਿਨ ਮੈਨੇ ਥੋੜ੍ਹੀ ਦੇਰ ਪਹਿਲੇ ਦੇਖਾ ਹੈ ਕਿ ਆਪਕੀ ਰਾਨੀ ਤੋਪ ਤੋਂ ਅਭੀ ਮੇਰੇ ਸਾਹਮਣੇ ਸੇ ਗੁਜ਼ਰੀ ਹੈ। ਲੈਖ ਦੀ ਲਾਨਤੀ, ਦਰ ਫਟੈਮੋ। ਉਹ ਸਾਰੀ ਦੁਨੀਆਂ ਦੇ ਮੁੰਡੇ ਆਪਣੇ ਆਪਣੇ ਰੋਜ਼ ਸਵੇਰੇ ਕੰਮਾਂ 'ਤੇ ਜਾਂਦੇ, ਤੁਹਾਨੂੰ ਕੋਈ ਨੌਕਰੀ ਨਹੀਂ ਦਿੰਦਾ, ਉਹ ਤੁਹਾਨੂੰ ਕਿਤੇ ਕੰਮ ਨਹੀਂ ਲੱਭਦਾ, ਉਹ ਪਿਓ ਦੀ ਕਮਾਈ 'ਤੇ ਜ਼ਿੰਦਗੀ ਗੁਜ਼ਾਰਨੀ, ਤੁਸੀਂ ਅੰਦਰਾਂ 'ਚ ਵੜੇ ਰਹਿੰਦੇ ਆ, ਬਾਹਰ ਨਿਕਲਦੇ ਨਹੀਂ। ਆਹ ਵੇਖੋ, ਆਹ ਵੇਖੋ, 1250 ਲੀਟਰ ਦੀ ਪਾਣੀ ਵਾਲੀ ਟੈਂਕੀ ਵਿਹਲਾ। ਸੱਦੋ ਉਹਨਾਂ ਨੂੰ, ਸੱਦੋ ਆਪਣੀਆਂ ਬੁੱਢੀਆਂ ਨੂੰ, ਕਰਾਂ ਮੈਂ ਉਹਨਾਂ ਨਾਲ ਵੀ ਗੱਲ। ਸੱਦੋ, ਥੱਲੇ ਆਓ ਮਹਾਰਾਨੀਓ, ਮਹਲ ਸੇ ਨੀਚੇ ਤਸ਼ਰੀਫ ਲੈ ਆਓ। ਯਹਾਂ ਬਾਹਰ ਨਾ 5-7 ਹਜ਼ਾਰ ਬੰਦਾ ਖੜਾ ਹੈ, ਆਪਨੇ ਜਲਵਾ ਅਫਰੋਜ਼ ਹੋਣਾ ਹੈ, ਝਲਕੀ ਦਿਖਾ ਕਰ ਔਰ ਫਿਰ ਆਪਣੀ ਕਿਆਮਗਾਹ ਮੈਂ ਵਾਪਸ ਚਲੀ ਜਾਈਏਗਾ। ਮੇਰੇ ਅਰੇ ਚਸ਼ਮੇ ਬਦੂਰ, ਚਸ਼ਮੇ ਬਦੂਰ, ਕਿਆ ਕਹਿਣੇ ਮਹਾਰਾਨੀ, ਤਸ਼ਰੀਫ ਲਾਈਏ। ਇਹ ਤੈਨੂੰ ਕਿਸੇ ਨੇ ਕੀ ਕਿਹਾ ਕਿ ਇਹ ਤੁਹਾਡੀਆਂ ਬੁੱਢੀਆਂ ਨੇ ਕਿ ਮੇਰੀਆਂ ਬੁੱਢੀਆਂ ਨੇ? ਇਹ ਤੁਹਾਡੀਆਂ ਅੰਮੀਆਂ ਨੇ, ਏਦਾਂ ਨਾ ਅੰਮੀ ਵਾਸਤੇ ਕਰੀਦਾ ਹੁੰਦਾ ਅਦਬ 'ਚ ਕਿ ਅੰਮੀ ਜੀ ਆਉਣ ਡਏ ਨੇ, ਬੁੱਢੀਆਂ ਵਾਸਤੇ ਕੋਈ ਨਹੀਂ ਕਰਦਾ। ਰਨ ਮਰੀਦੋ, ਜੇ ਨਾ ਰੇਤ ਬਜਰੀ ਸੀਮੈਂਟ ਸਸਤਾ ਹੁੰਦਾ ਨਾ ਤੇ ਤੁਹਾਨੂੰ ਮੈਂ ਅਨਾਰਕਲੀ ਦੀ ਤਰ੍ਹਾਂ ਚੁਣਵਾ ਦੇਣਾ ਸੀ। ਮਹਿੰਗਾਈ ਬਹੁਤ ਜ਼ਿਆਦਾ ਆ ਇਸ ਦੌਰ 'ਚ, ਇਹ ਵੀ ਕੰਮ ਜਿਹੜਾ ਬਾਰੇ 'ਚ ਨਹੀਂ ਆਉਂਦਾ ਚਨਵਾਉਣ ਚਨਵਾਉਣ ਵਾਲਾ। ਇਹ ਜੋ ਵਿਹਲੇ ਸਾਰਾ ਦਿਨ ਤੁਹਾਡੇ ਕੋਲ ਬੈਠੇ ਰਹਿੰਦੇ ਆ, ਤੁਸੀਂ ਇਹਨਾਂ ਨੂੰ ਸਮਝਾ ਨਹੀਂ ਸਕਦੀਆਂ ਕਿ ਕੰਮ 'ਤੇ ਜਾਓ? ਤੁਹਾਡਾ ਬੁੱਢਾ ਪਿਓ ਆ, ਮੈਂ ਵਿਚਾਰਾ ਗਰੀਬ ਆਦਮੀ ਜੂਆ ਖੇਲ ਖੇਲ ਥੱਕ ਗਿਆ, ਤੇ ਤੁਸੀਂ ਸਮਝਾ ਨਹੀਂ ਸਕਦੀਆਂ? ਸਵੇਰੇ 6 ਵਜੇ ਉੱਠ ਕੇ ਕੋਈ ਅੱਲਾ ਤੌਬਾ ਕਰੋ, ਇਹਨਾਂ ਨੂੰ ਧੱਕੇ ਮਾਰੋ, ਇਹਨਾਂ ਨੂੰ ਕੰਮ 'ਤੇ ਭੇਜੋ, ਰਾਤ ਨੂੰ ਰੁਪਈਏ ਤੁਹਾਡੀਆਂ ਹੱਥਾਂ 'ਤੇ ਲਿਆ ਕੇ ਰੱਖਣੇ। ਤੁਹਾਡੇ ਭਰਾ ਵੀ ਇੱਦਾਂ ਵਿਹਲੇ ਬੈਠੇ ਰਹਿੰਦੇ, ਉਹ ਵੀ ਬੁੱਢੀਆਂ ਕੋਲ ਵੜੇ ਰਹਿੰਦੇ ਆ। ਅੱਬੂ ਜੀ, ਮੈਂ ਤੇ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਕੰਮ 'ਤੇ ਜਾਓ, ਮੈਂ ਸੁਬਹਾ ਨਾਸ਼ਤਾ ਬਣਾਉਣ ਲੱਗੀ, ਮੈਨੂੰ ਦਬਕਾ ਮਾਰ ਕੇ ਬੈੱਡ 'ਤੇ ਬਿਠਾ ਤਾ, ਕਹਿੰਦਾ ਖਬਰਦਾਰ ਜੇ ਥੱਲੇ ਉਤਰੀ ਜਾ ਕੇ ਨਾਸ਼ਤਾ ਲਿਆਏ। ਮੈਂ ਵਿਚਾਰੀ ਇਕੱਲੀ, 4 ਨਾਨ ਮੈਨੂੰ ਖਵਾਏ, 2 ਅੰਡੇ ਖਵਾਏ, ਨਾਲ ਕੋਫਤਾ ਖਵਾਇਆ। ਦੇਖੋ ਹੁਣ ਮੇਰੀ ਗੱਲ ਸੁਣੋ, ਜੇ ਮੈਂ ਵਿਚਾਰੀ ਬੰਦੇ ਦੀ ਗੱਲ ਨਾ ਮੰਨਾਂ ਤੇ ਫਿਰ ਤੁਹਾਨੂੰ ਪਤਾ ਉਹ ਗੁਨਾਹ ਹੁੰਦਾ ਵਾ, ਸ਼ੋਹਰ ਮਜਾਜੀ ਖੁਦਾ ਹੁੰਦਾ ਵਾ। ਉਹ ਭਾਬੀ, ਖੁਦਾ ਦਾ ਖੌਫ ਖਾ, ਦਬਕੇ ਦਬਕੇ ਬੜੇ ਮਾਰੇ ਅੱਬਾ ਜੀ ਇਹਨੇ। ਅੱਛਾ, ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਮੈਂ ਜਦੋਂ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਵੇਖਿਆ, ਭਾਈ ਨੂੰ ਦਬਕੇ ਮਾਰ ਰਿਹਾ ਸੀ, ਉਹਨੂੰ ਕਹਿੰਦਾ ਸੀ ਖਾ ਖਾ ਅੰਦਰ ਕਰ ਅੰਡਾ ਅੰਡਾ ਅੰਦਰ
ਕੋਫਤਾ ਖਾ। ਓਏ ਹੋਏ ਹੋਏ ਭਾਜੀ ਨੇ ਦਬਕੇ ਮਾਰੇ ਨੇ ਕਿਤੇ। ਇਹ ਜਾਹਲ ਲੋਕ ਅਜੇ ਗੱਲਾਂ ਨੇ ਭਾਜੀ, ਸਮਝ ਲੱਗੀ ਨਾ? ਜਿਹੜੇ ਬੰਦੇ ਆਪਦੀ ਬੀਵੀ ਦੀ ਖਿਦਮਤ ਕਰਦੇ ਨੇ, ਉਹਨੂੰ ਅੱਛਾ ਖਾਣਾ ਪੀਣਾ ਦਿੰਦੇ ਨੇ, ਉਹਦੀ ਸੇਵਾ ਕਰਦੇ ਨੇ, ਤੁਸੀਂ ਲੋਕ ਕਹਿੰਦੇ ਜੇ ਰਨ ਮਰੀਜ਼ ਹੈ। ਇਹ ਰਨ ਮਰੀਜ਼ ਨਹੀਂ ਹੁੰਦਾ ਭਾਜੀ, ਅੰਡਰਸਟੈਂਡਿੰਗ ਹੁੰਦੀ ਹੈ। ਇਹ ਤਾਂ ਅੱਬਾ ਜੀ ਕੁਛ ਵੀ ਨਹੀਂ, ਇਹ ਮੇਰੇ ਦੋਸਤ ਦੀ ਸਾਲਗਿਰਾ 'ਤੇ ਚਲ ਗਏ ਹੈਂਜੀ, ਮੀਆਂ ਬੀਵੀ ਉੱਥੇ ਜਾ ਕੇ ਉਹਨਾਂ ਨੇ ਹੈਪੀ ਬਰਥਡੇ ਕੀਤੀ ਆ, ਇੰਨੇ ਘੁੱਟੀ ਬਾਟੇ ਸ਼ੁਰੂ ਕਰ ਦਿੱਤੀ। ਮੈਂ ਫਿਰ ਦਿਲ 'ਚ ਸੋਚਿਆ ਕਿ ਯਾਰ ਬੁੱਢੀ ਤਾਂ ਮੇਰੀ ਵੀ ਗਰੀਬਣੀ ਤੁਰ ਕੇ ਨਾਲ ਹੀ ਆਈ ਹੈ, ਚਲੋ ਮੈਂ ਉਹਨੂੰ ਘਰ ਜਾ ਕੇ ਘੁੱਟ ਲਾਂਗਾ। ਅੱਬੂ ਜੀ ਆਹ ਪਿਛਲੇ ਦਿਨਾਂ 'ਚ ਜਦੋਂ ਮੈਂ ਆਪਣੇ ਘਰ ਨਹੀਂ ਸੀ ਗਈ, ਮੇਰੀ ਅੰਮੀ ਨੇ ਮੇਰੀ ਪਿੰਨੀ 'ਤੇ ਨਿਸ਼ਾਨ ਦੇਖਿਆ, ਦੇਖ ਕੇ ਤੜਫ ਗਈ, ਕਹਿੰਦੀ ਤੇਰੇ ਬੰਦੇ ਨੇ ਤੈਨੂੰ ਕੁੱਟਿਆ। ਮੈਂ ਕਿਹਾ ਨਹੀਂ ਅੰਮੀ ਜੀ, ਕੁੱਟਿਆ ਨਹੀਂ, ਕੁੱਟਿਆ। ਓਏ ਰਾਣਿਆਂ 'ਚ ਬਦਮਾਸ਼ ਹੁੰਦੇ ਨੇ, ਓਏ ਰਾਣਿਆਂ 'ਚ ਕਾਤਲ ਹੁੰਦੇ ਨੇ, ਡਕੈਤ ਹੁੰਦੇ ਨੇ ਰਾਣਿਆਂ 'ਚ। ਮਾਲਸ਼ੀਆ ਮੈਂ ਪਹਿਲੀ ਵਾਰੀ ਵੇਖਿਆ। ਓਏ ਬੁੱਢੀ ਦੀਆਂ ਲੱਤਾਂ ਘੁੱਟਦਾ ਰਹਿੰਦਾ, ਉਹ ਕਦੀ ਪਿਓ ਨੂੰ ਵੀ ਕਿਹਾ ਕਿ ਉਹਦੀਆਂ ਲੱਤਾਂ ਘੁੱਟ ਦਵਾਂ ਮੈਂ? ਲੱਤਾਂ ਤੁਹਾਡੀਆਂ ਕੀ ਘੁੱਟਾਂ ਮੈਂ, ਐਡੀਆਂ ਮਾੜੀਆਂ ਲੱਤਾਂ। ਲੱਤਾਂ ਘੁੱਟਣ ਵਾਸਤੇ ਲੱਤਾਂ ਸੋਹਣੀਆਂ ਹੋਣੀਆਂ ਵੀ ਜ਼ਰੂਰੀ ਨੇ ਅੱਬਾ ਜੀ, ਸਮਝ ਲੱਗੀ ਨਾ? ਉਹ ਲੱਤਾਂ ਵੇਖੋ, ਰੇਸ਼ਮ ਵਰਗੀ ਲੱਤ ਹੈ, ਅਤੇ ਇੱਧਰ ਬੁਰੇ ਹਾਲ ਪਾਉਂਗੇ ਦਿਹਾੜੇ। ਚਲੋ ਕੋਈ ਨਹੀਂ, ਮੈਂ ਵੀ ਸਵੇਰੇ 400 ਲਾ ਕੇ ਵੈਕਸ ਕਰਵਾ ਲੈਂਦਾ। ਰਨ ਮਰੀਜ਼ ਜੰਪੈ ਸਾਡੇ ਘਰ, ਜ਼ਿੰਦਗੀ 'ਚ ਮੈਂ ਅੱਜ ਤੱਕ ਇੱਦਾਂ ਨਹੀਂ ਕੀਤਾ। ਤੁਹਾਡੀ ਸੱਸ ਅੱਲਾ ਨੂੰ ਜੰਨਤ 'ਚ ਘਰ ਕਰਾਵੇ, ਉਹਨੇ ਅੱਜ ਤੱਕ ਮੈਨੂੰ ਨਹੀਂ ਸੀ ਕਿਹਾ ਕਿ ਮੈਨੂੰ ਕੁੱਟੋ। ਉਹ ਤਾਂ ਜਦੋਂ ਮੇਰਾ ਦਿਲ ਕਰਨਾ ਮੈਂ ਆਪ ਕੁੱਟਣਾ ਉਹਨੂੰ, ਜਦੋਂ ਬਿਮਾਰ ਠਮਾਰ ਹੁੰਦੀ ਸੀ, ਅਤੇ ਰਹੀ ਉਹ ਸਾਰੀ ਜ਼ਿੰਦਗੀ ਬਿਮਾਰ ਹੀ ਹੈ। ਲਓ ਜੀ ਰਾਣਾ ਸਾਹਿਬ, ਆਹ ਲਿਸਟ ਆ ਗਈ ਜੇ। ਹਾਂ ਹਾਂ, ਦੇਖੋ ਚੈੱਕ ਕਰੋ ਤਰਾ। ਹਾਂਜੀ, ਇਹ ਫਸਟ ਲੋ ਆਇਆ ਸੀ ਮੈਂ। ਹਾਂਜੀ ਦੇਖੋ, ਨੰਬਰ ਲਾਓ। ਮੇਰਾ ਲੱਗ ਗਿਆ ਇਨਾਮ। ਓ ਜੀ ਓਏ, ਮੈਂ ਅਮੀਰ ਹੋ ਗਿਆ। ਓਏ ਇੱਕ ਕਰੋੜ ਦਾ, ਹਾਂ ਕਰੋੜ ਦਾ ਇਨਾਮ ਲੱਗ ਗਿਆ। ਹਾਂਜੀ ਕਰੋੜ 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 ਮੈਨੂੰ ਲੱਗਦਾ ਡਾਕਟਰ ਨੇ ਨੀ ਆਣਾ, ਅੱਬੂ ਨੇ ਚਲੇ ਜਾਣਾ। ਗੱਲਾਂ ਤੋਂ ਖੈਰ ਮੰਗ ਅੱਬੂ ਜੀ, ਗੱਲਾਂ ਖੈਰ ਕਰੀ ਅੱਬੂ। ਅੱਬੂ ਜੀ ਮੈਂ ਡਾਕਟਰ ਸਾਹਿਬ ਨੂੰ ਲੈ ਕੇ ਆ ਗਿਆ। ਡਾਕਟਰ ਸਾਹਿਬ ਆਓ। ਹਾਲਾਤ ਬੜੇ ਸੰਜੀਦਾ ਲੱਗ ਰਹੇ। ਪਰੇ ਪਰੇ ਹੋ ਜਾਓ, ਪਰੇ ਪਰੇ ਹੋ ਜਾਓ, ਸਾਹ ਲੈ ਲੈਣ ਦੋ ਉਹਨਾਂ ਨੂੰ। ਮਰੀਜ਼ ਮੈਨੂੰ ਬੜਾ ਸੀਰੀਅਸ ਲੱਗਣ ਡਿਆ। ਕੰਮ ਤੇ ਮੈਨੂੰ ਲੱਗਦਾ ਕਿ ਲੱਗਾ ਪਿਆ ਤੇ ਬੰਦਾ ਇਹ ਲੰਮਾ ਪਿਆ। ਓਏ ਹੋਏ ਹੋਏ, ਮਰੀਜ਼ ਤੇ ਤੁਹਾਡੇ ਬਹੁਤ ਸੀਰੀਅਸ ਹੈ ਜੀ। ਉਹ ਨਹੀਂ ਜੀ ਨਹੀਂ, ਬੜੇ ਮਖੌਲੀਏ ਨੇ। ਅੱਛਾ ਲਓ ਜੀ, ਇਹਨਾਂ ਦਾ ਬਲੱਡ ਸੈਂਪਲ ਮੈਨੂੰ ਲੈਣਾ ਪੈਣਾ। ਬਾਜੀ ਲਿਆਓ ਜ਼ਰਾ, ਇੰਜੈਕਸ਼ਨ ਤੇ ਦਿਓ। ਉਹ ਡਾਕਟਰ ਤੇ ਮੈਂ ਲਓ ਜੀ ਸੈਂਪਲ ਲਈਏ ਜ਼ਰਾ। ਵਾਹ ਜੀ ਵਾਹ, ਸੈਂਪਲ ਇਹਨਾਂ ਦਾ ਹੋ ਗਿਆ। ਓਏ ਹੋਏ ਹੋਏ, ਓਏ ਬਲੱਡ ਕਿੰਨਾ ਕਾਲਾ ਆਇਆ।
ਉਹ ਡਰ ਸਾਹਿਬ ਫਲੈਟ ਨਹੀਂ ਕਾਲਾ, ਤੁਸੀਂ ਕਾਲੀ ਐਨਕ ਲਾਈ ਹੈ। ਚਲੋ ਜੀ ਠੀਕ ਹੈ, ਮੈਂ ਇੰਜੈਕਸ਼ਨ ਲਾ ਦਿੱਤਾ ਤੁਹਾਡੇ ਮਰੀਜ਼ ਨੂੰ, ਅਤੇ ਇਹ ਜਿਹੜਾ ਬਲੱਡ ਆ ਇਹਦੀ ਰਿਪੋਰਟ ਵੀ ਆ ਜਾਏਗੀ, ਅਤੇ ਇਹਨਾਂ ਨੂੰ ਹੋਸ਼ ਆ ਜਾਏਗਾ, ਹੁਣ ਤੁਸੀਂ ਫਿਕਰ ਨਹੀਂ ਕਰਨਾ। ਅੱਛਾ ਜੀ। ਹਾਂਜੀ 15 ਮਿੰਟ 'ਚ ਇਹਨਾਂ ਨੂੰ ਹੋਸ਼ ਆ ਜਾਏਗੀ ਅਤੇ ਮੈਂ ਚੱਲਾਂ। ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੀ ਵੀ ਮਿਹਰਬਾਨੀ। ਅਗਰੇ ਹੱਸਦੇ ਹੀ ਰਹੋ, ਲੈ ਵੀ ਭਲੀਏ ਲੋਕੇ ਹੁਣ ਪੈਸੇ ਆ ਜਾਣੇ ਆ। ਇੱਕ ਮੈਂ ਤੈਨੂੰ ਸੋਨੇ ਦਾ ਸੈੱਟ ਅਤੇ 8 ਚੂੜੀਆਂ ਬਣਾ ਕੇ ਦੇਣੀਆਂ, ਦੋਵਾਂ ਹੱਥਾਂ 'ਚ 4-4 ਪਾ ਕੇ ਅਤੇ ਛੜਕਾਉਂਦੀ ਫਿਰੀ ਹੈ। ਅਤੇ ਤੁਸੀਂ ਭਾਅ ਜੀ ਕੁੱਟਣ ਵਾਲੀ ਮਸ਼ੀਨ ਲੈ ਲਿਓ। ਕਿਉਂ, ਮੈਂ ਕੀ ਕਰਨੀ ਕੁੱਟਣ ਲਈ ਮਸ਼ੀਨ? ਤੁਸੀਂ ਕੀ ਕਰਨੀ ਹੈ? ਰਾਤੀ ਮੈਂ ਖਾਬ 'ਚ ਵੇਖਿਆ ਤੁਸੀਂ ਕੁੱਟਣ ਡਿਆ ਸੀ। ਉਹ ਭਾਈ ਮੈਂ ਕੁੱਟਣ ਨਹੀਂ ਡਿਆ ਸਾਂ, ਉਹ ਮੈਂ ਤਾਂ ਅੱਬੇ ਦੀ ਦੌਲਤ ਨੂੰ ਕਰਨ ਡਿਆ ਸਾਂ। ਆ ਜਾ ਆ ਜਾ ਆ ਜਾ ਆ ਜਾ, ਐਡਾ ਜਾਦੂਗਰ ਤੂੰ। ਹਾਂ ਕੁੱਟਣ ਵਾਲੀ ਮਸ਼ੀਨ, ਆਹ ਕੁੱਟਣ ਵਾਲੀ ਮਸ਼ੀਨ ਤਾਂ ਆ ਹੀ ਜਾਏਗੀ। ਅੱਲਾ ਦਾ ਬੰਦੇ, ਜਿੰਨੇ ਪੈਸੇ ਆਉਣੇ ਨੇ ਨਾ, ਮੈਂ ਤਾਂ ਨਵੀਂ ਗੱਡੀ ਲੈਣ ਨੂੰ ਫਿਰਨ ਡਿਆ ਵਾਂ। ਸੈਰਾ ਕਰਾਂਗੇ, ਇੰਜੋਏ ਕਰਾਂਗੇ, ਮਰੀ ਜਾਵਾਂਗੇ। ਹਾਂ ਗੱਡੀ 'ਚ ਬਹਿ ਕੇ ਵੀ ਕੁੱਟੀ ਜਾਈ, ਆਪਾਂ ਵੀ 2 ਗੱਡੀਆਂ ਲੈਣੀ ਆ। ਇੱਕ ਮੈਂ ਵਲਟੂ ਫੈਬ ਲੈਣਾ, ਤੈਨੂੰ ਮੈਂ ਸਕੂਟੀ ਲੈ ਦੇਣੀ ਆ। ਸਬਜ਼ੀ ਸੁਬਜ਼ੀ ਲਿਆਂਦੀ, ਪਕਾਈ ਪਕੁਈ, ਮੈਨੂੰ ਸਵੇਰੇ 11 ਵਜੇ ਉਠਾਇਆ ਕਿ ਭਲਿਆ ਲੋਕਾਂ ਉੱਠ ਕੇ ਨਾਸ਼ਤਾ ਕਰ ਲਾ, ਅਤੇ ਫਿਰ ਇੱਕ ਗਰਮਾ ਗਰਮ ਮੈਨੂੰ ਦੁੱਧ ਪੱਤੀ ਦਾ ਕੱਪ ਦਿਆ ਕਰੀ। ਹੈ ਅੰਬੇ ਦੀਆਂ ਝਿੜਕਾਂ ਤੋਂ ਵੀ ਜਾਲ ਝੁੱਟ ਜਾਣੀ ਹੈ। ਆਇਆ ਆਇਆ ਸਕੂਟੀ ਨਹੀਂ ਬਣਦੀ, ਜਿਹੋ ਜਿਹੀ ਭਰਜਾਈ ਆ, ਅੱਲਾ ਦਾ ਬੰਦਿਆਂ ਨੂੰ ਟਰੈਕਟਰ ਲੈ ਕੇ ਦੇ ਟਰੈਕਟਰ। ਅੱਛਾ ਜੀ, ਸਕੂਟੀ ਤਬਾਹ ਕਰ ਦੇਣੀ ਉਹਨੇ। ਤੇ ਜਿੱਦਾਂ ਦੀ ਤੇਰੀ ਬੁੱਢੀ ਹੈ, ਤੂੰ ਵੀ ਇਹਨੂੰ ਕੋਈ ਕੁੱਟਣ ਵਾਲਾ ਭਲਵਾਨ ਲੈ ਕੇ ਦੇ। ਤੂੰ ਇਸ ਤਰ੍ਹਾਂ ਹੀ ਕੁੱਟ ਕੁੱਟ ਕੇ ਵੇਖ, ਤੇਰੇ ਹੱਥਾਂ ਦਾ ਹਾਲ ਕੀ ਹੋ ਗਿਆ? ਅੱਬੂ ਜੀ ਕਿਵੇਂ ਹੁਣ ਤਬੀਅਤ? ਅੱਬੂ ਜੀ ਆਲੋ ਪਾਣੀ, ਆ ਪਾਣੀ ਪੀਓ। ਬੜਾ ਤੇਰੀ ਮਿਹਰਬਾਨੀ ਆ, ਤੂੰ ਨਾ ਮੇਰਾ ਪੁੱਤ ਕੁੱਟਣ 'ਚ ਬੜਾ ਟ੍ਰੇਨਡ ਕਰਤਾ। ਤੇਰੇ ਤਾਂ ਬਾਂਹ ਵੀ ਬੜੇ ਚਿਰ ਬਾਅਦ ਤੇਰੇ ਹੱਥਾਂ 'ਚ ਆਈ ਹੋਣੀ ਆ, ਕਿਉਂਕਿ ਤੇਰੀ ਤਾਂ ਸਾਰੀ ਪ੍ਰੈਕਟਿਸ ਲੱਤਾਂ ਦੀ ਆ ਨਾ। ਪਾਣੀ ਪੀਓ ਅੱਬਾ ਜੀ। ਮੈਂ ਮਾਫ਼ੀ ਚਾਹੁੰਦਾ ਜੀ, ਮਾਮਲਾ ਕੁਛ ਸੀਰੀਅਸ ਹੋ ਗਿਆ ਸੀ, ਇਸ ਲਈ ਮੈਂ ਸੋਚਿਆ ਵੀ ਮੈਂ ਆਪ ਹੀ ਆ ਜਾਵਾਂ। ਬਹਿ ਜਾਓ ਡਾਕਟਰ ਸਾਹਿਬ, ਬਹਿ ਜਾਓ, ਬਹਿ ਕੇ ਗੱਲ ਕਰੋ। ਇਹ ਜੀ ਰਿਪੋਰਟ ਆ ਗਈ ਹੈ ਇਹਨਾਂ ਦੀ। ਅੱਛਾ ਜੀ, ਅਤੇ ਰਿਪੋਰਟ ਜ਼ਰਾ ਥੋੜ੍ਹੀ ਸੀਰੀਅਸ ਆ ਗਈ ਆ, ਅਤੇ ਮੈਂ ਸੋਚਿਆ ਮੈਂ ਆਪ ਦੱਸ ਕੇ ਆਵਾਂ ਜੀ। ਇਹ ਤੁਹਾਡੇ ਅੱਬਾ ਜੀ ਨੂੰ ਨਾ ਜੀ ਬਲੱਡ ਕੈਂਸਰ ਹੈ, ਅਤੇ ਬਲੱਡ ਕੈਂਸਰ ਹੈ, ਅਤੇ ਇਹਨਾਂ ਦੇ ਕੋਲ ਸਿਰਫ 1 ਮਹੀਨੇ ਦਾ ਟਾਈਮ ਆ ਜੀ, 1 ਮਹੀਨੇ ਦੇ ਮਹਿਮਾਨ ਆ ਤੁਹਾਡੇ ਕੋਲ, ਇਸ ਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਜੇ ਹੋਣਾ। ਅੱਬੂ 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 ਜੀ, ਅੱਬੂ ਅਜੇ 1 ਮਹੀਨਾ ਹੈਗਾ ਅੱਬੂ, ਅੱਬੂ ਜੀ ਅੱਬੂ। ਉਹ ਡਾਕਟਰ ਤੇਰਾ ਭਲਾ ਹੋਵੇ, ਪੈਸੇ ਹੁਣ ਆ ਜਾਣੇ ਨੇ ਆਪਣੇ ਕੋਲ, ਮੈਂ ਵੀ ਜਿੰਮ ਜਾਣ ਲੱਗ ਪੈਣਾ, ਮੈਂ ਵੀ ਸਮਾਰਟ ਹੋ ਜਾਣਾ। ਨਾ ਜੀ, ਕਿਹੜੇ ਜਿੰਮ ਜਾਣਾ ਤੁਸੀਂ ਦੱਸ ਦਿਓ ਮੈਨੂੰ, ਮੈਂ ਭੱਜ ਕੇ ਤੁਹਾਡਾ ਦਾਖਲਾ ਕਰਾਵਾਂ। ਮੈਂ ਕਿਹਾ ਜੀ ਹੁਣ ਮੈਂ ਇਕੱਲੇ ਜਿੰਮ ਨਹੀਂ ਜਾਣਾ, ਮੈਂ ਹੁਣ ਦੁਬਈ ਵੀ ਜਾਣਾ। ਦੁਬਈ ਪੈਦਲ ਬੜਾ ਸਫ਼ਰ ਹੈ। ਅੱਬਾ ਜੀ ਦਾ ਇਨਾਮ ਲੱਗ ਨਹੀਂ ਗਿਆ? ਅਤੇ ਉਹ ਅੱਬਾ ਜੀ ਦਾ ਲੱਗਾ, ਸਾਡਾ ਨਹੀਂ। ਮੈਂ ਕਿਹਾ ਅੱਬਾ ਜੀ ਹੁਣ ਇੰਜ, ਅਤੇ ਅਸੀਂ ਇੰਜ। ਉਹ ਤੇਰੇ ਮੂੰਹ 'ਚ ਘਿਓ ਸ਼ੱਕਰ, ਅੱਜ ਕਿਤੇ ਹੋ ਜਾਵੇ ਤਾਂ ਸਾਡੀ ਸੁਣੀ ਜਾਵੇ। ਅੱਛਾ ਫਿਰ ਤੁਸੀਂ ਮੈਨੂੰ ਦੁਬਈ ਲੈ ਜਾਓਗੇ? ਦੁਬਈ ਮੈਂ ਤੈਨੂੰ ਉਸ ਤੋਂ ਵੀ ਅੱਗੇ ਲੈ ਜਾਣਾ ਕਿਤੇ, ਪਰ ਇਹ ਕੰਮ ਹੋ ਜਾਵੇ। ਕੀ? ਐਂਜਲਾ ਹੋ ਜਾਏਗਾ। ਹਾਏ, ਮੈਂ ਕਿਹਾ ਭਲਵਾਨ ਜੀ, ਹਾਂਜੀ, ਹੁਣ ਨਾ ਤੁਸੀਂ ਮੈਨੂੰ ਰੋਜ਼ ਨਾਨ ਚਨੇ ਖਵਾਣੇ। ਰੋਜ਼ ਨਾਨ ਚਨੇ? ਹਾਂਜੀ। ਉਹ ਮੈਂ ਰੋਜ਼ ਨਾਨ ਚਨੇ ਕਿੱਥੋਂ ਖਵਾਵਾਂ? ਹੱਕ ਆ, ਇੱਕ ਤਾਂ ਸਾਰੀ ਜ਼ਿੰਦਗੀ ਨਾਲ ਤੂੰ ਟੱਗਾ ਹੀ ਰਹਿਣਾ। ਕੀ ਮਤਲਬ? ਉਹ ਅੱਬਾ ਜੀ ਦੇ ਪੈਸੇ ਨਹੀਂ ਆਉਣ ਵਾਲੇ। ਅੱਛਾ, ਲੱਗਦਾ ਤੇਰੇ 'ਤੇ ਭਰਜਾਈ ਦਾ ਸਾਇਆ ਪੈ ਗਿਆ ਵਾ।
ਚਲੋ ਜੀ, ਇਹ ਸਾਇਆ ਪੈਣ ਵਾਲੀ ਕਿਹੜੀ ਗੱਲ ਆ? ਬਾਜੀ ਦੇ ਪੈਸੇ ਵੀ ਤਾਂ ਆਪਣੇ ਹੀ ਆ। ਹਾਂ, ਗੱਲ ਤਾਂ ਤੂੰ ਸਹੀ ਕਹਿ ਰਹੀ ਹੈ। ਜੋ ਪੈਸੇ ਆਪਣੇ ਕੋਲ ਆ ਗਏ ਨਾ, ਤਾਂ ਤੂੰ ਨਾਨਚਣਿਆਂ ਦੀ ਗੱਲ ਕਰਨੀ ਹੈ। ਫਿਰ ਤਾਲਾ ਦੇ ਬੰਦੇ, ਤੈਨੂੰ ਮੈਂ ਨਿਹਾਰੀ ਖਵਾ ਦਾਂਗਾ, ਹਲਵਾ ਪੂੜੀ ਖਵਾ ਦਾਂਗਾ, ਕੜਾਹੀ ਗੋਸ਼ਤ ਖਵਾ ਦਾਂਗਾ। ਤੂੰ ਜੋ ਕਹੇਂਗੀ ਮੈਂ ਤੈਨੂੰ ਉਹ ਖਵਾ ਦਾਂਗਾ। ਤੂੰ ਫਿਕਰ ਨਾ ਕਰ, ਤੂੰ ਬਸ ਦੁਆ ਕਰੋ ਪੈਸੇ ਆਪਣੇ ਹੱਥ ਲਿਆ ਜਾਣ। ਕੋਈ ਨਹੀਂ ਕੋਈ ਨਹੀਂ ਸਾਹਿਬ ਜੀ, ਤੁਸੀਂ ਹੌਸਲਾ ਕਰੋ, ਅੱਲਾ ਚੰਗੀਆਂ ਕਰੇਗਾ। ਯਾ ਮੇਰੇ ਮਾਲਕਾ, ਮੇਰੇ ਸਾਹਿਬ ਜੀ ਨੂੰ ਜ਼ਿੰਦਗੀ ਤੰਦਰੁਸਤੀ ਦੇ। ਜੇ ਇਹਨਾਂ ਦੀ ਜ਼ਿੰਦਗੀ ਦਾ ਧਾਗਾ ਕਿਤੇ ਕੜਿੱਕੀ ਲੱਗੀ ਹੈ, ਤੂੰ ਹੀ ਗੰਢ ਸਕਦਾ ਮੇਰੇ ਮਾਲਕਾ ਇਹਨਾਂ ਤੋਂ। ਮੈਂ ਮਾਫ਼ੀ ਚਾਹੁੰਦਾ ਜੀ ਤੁਹਾਡੇ ਕੋਲੋਂ ਜੀ। ਮੈਂ ਬਾਰ ਬਾਰ ਵੀ ਆ ਰਿਹਾ ਅਤੇ ਬਗੈਰ ਦੱਸੇ ਵੀ ਆ ਰਿਹਾ ਜੀ। ਜੀ, ਅਸਲ 'ਚ ਮੇਰੇ ਲੈਬੋਰਟਰੀ ਵਾਲੇ ਮੁੰਡੇ ਕੋਲੋਂ ਨਾ ਛੋਟੀ ਜਿਹੀ ਗਲਤੀ ਹੋ ਗਈ ਸੀ। ਉਹ ਇਹਨਾਂ ਦੀ ਰਿਪੋਰਟ ਜਿਹੜੀ ਸੀ ਨਾ, ਉਹ ਕਿਸੇ ਹੋਰ ਮਰੀਜ਼ ਦੀ ਰਿਪੋਰਟ ਨਾਲ ਰਲਾਤੀ ਅਤੇ ਮੈਂ ਗਲਤੀ ਨਾਲ ਲੈ ਕੇ ਆ ਗਿਆ ਜੀ। ਅੱਛਾ ਜੀ, ਇਹਨਾਂ ਦੀਆਂ ਰਿਪੋਰਟਾਂ ਤਾਂ ਬਿਲਕੁਲ ਠੀਕ ਨੇ। ਅੱਛਾ ਜੀ। ਹਾਂਜੀ, ਬਿਲਕੁਲ ਠੀਕ, ਰਿਪੋਰਟਾਂ ਕਲੀਅਰ ਨੇ ਸਾਰੀਆਂ ਜੀ। ਬਿਲਕੁਲ ਤੰਦਰੁਸਤ ਨੇ, ਪੂਰੀ ਤਰ੍ਹਾਂ ਨਾਲ ਤੰਦਰੁਸਤ ਆ ਜੀ, ਇਹਨਾਂ ਦਾ ਕੋਈ ਮਸਲਾ ਨਹੀਂ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਓਏ ਉਹ ਕੁੜੀਓ, ਉਹ ਮੁੰਡਿਓ, ਉਹ ਇੱਧਰ ਆਓ, ਆ ਕੇ ਵੇਖੋ, ਇੱਧਰ ਆ ਕੇ ਵੇਖੋ, ਓਏ ਆ ਵੇਖੋ। ਅਬੂ, ਮੇਰੀਆਂ ਰਿਪੋਰਟਾਂ ਠੀਕ ਆ ਗਈਆਂ। ਡਾਕਟਰ ਨੇ ਇਹਦੇ ਸਾਹਮਣੇ ਆ ਕੇ ਕਿਹਾ ਉਹ ਮੇਰੀ ਤਾਂ ਰਿਪੋਰਟ ਬਦਲੀ ਗਈ ਸੀ ਅਸਲ 'ਚ। ਹਾਂਜੀ, ਉਹ ਗਲਤੀ ਨਾਲ ਕਿਸੇ ਹੋਰ ਮਰੀਜ਼ ਦੀ ਸੀ, ਹੁਣ ਤਾਂ ਬਿਲਕੁਲ ਸਹੀ ਆ ਔਰ ਹਰ ਚੀਜ਼ ਓਕੇ ਆ। ਡਾਕਟਰ ਸਾਹਿਬ ਆਪ ਦੱਸ ਕੇ ਗਏ ਆ। ਅਬੂ ਜੀ, ਹੁਣ ਅੱਲਾ ਨੇ ਤੁਹਾਨੂੰ ਤੰਦਰੁਸਤੀ ਤਾਂ ਦੇ ਹੀ ਦਿੱਤੀ ਹੈ, ਹੁਣ ਸਾਨੂੰ ਸਾਡਾ ਹਿੱਸਾ ਦੇ ਦਿਓ। ਹਾਂਜੀ, ਕਰੋੜ ਰੁਪਇਆ। ਹਾਂਜੀ, ਕੱਲ ਹਾਂਜੀ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਨਾਲ ਦਾ ਮੈਂ ਲਿਆ ਪਲਾਟ। ਅੱਛਾ, ਪੰਜਾਂ ਬੰਦਿਆਂ ਦੀ ਬਣਾਈ ਕਮੇਟੀ। ਅੱਛਾ, ਕਰੋੜ ਰੁਪਇਆ ਉਹਨਾਂ ਨੂੰ ਫੜਾ ਕੇ। ਹਾਂ, ਮੈਂ ਕਿਹਾ ਇੱਥੇ ਨਾ ਮੇਰੇ ਸਾਲੇ ਸਵਾਬ ਵਾਸਤੇ ਮਸੀਤ ਬਣਾ ਦਿਓ। ਅੱਬੂ,